12 नवंबर 1992 मेरे पिता जी सरदार धन्ना सिंह उन्होंने पुलिस वालों चुक लिया गया सी। ते एक तुहानू पता है भी अपने माहौल इदा का अपने खास कल्ले पंजाब नहीं कहांगे पूरे भारत के अंदर कि एक मेरे जो बड़े दीदी ने वो पहली उदो 3 साल दे सी ते साडा बर्थ होया 2 जुड़वा कुड़ियां दा मतलब कि पिता जी दे पुलिस तो चक्के जाण 17 दिन बाद तां असी 2 जुड़वा बेटियां घर पैदा होईयां। पिता जी घरों चले गए तो उस समय माहौल ये लोग कहिंदे सी भी बंदा भी घरों चलिया गया तो 2 पत्थर होर डिग पे। ਤੁਹਾਡੇ ਜਨਮ ਤੋਂ 18 ਦਿਨ ਪਹਿਲਾਂ ਤੁਹਾਡੇ ਪਿਓ ਘਰ ਤੋਂ ਚਲੇ ਜਾਂਦੇ ਨੇ ਜੀ, ਪੁਲਿਸ ਲੈ ਕੇ ਜਾਂਦੀ ਹੈ। ਹਾਂਜੀ, ਅੱਜ ਤੱਕ ਕੁਝ ਪਤਾ ਨਹੀਂ ਚੱਲਿਆ? ਨਹੀਂ ਜੀ, ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਕਾਫੀ ਵਾਰ ਪੰਚਾਇਤਾਂ ਵੀ ਇਕੱਠੀਆਂ ਕਰਕੇ ਉਦੋਂ ਦੇ ਸਮਿਆਂ 'ਚ ਲੈ ਕੇ ਗਏ, ਪਰ ਸਾਨੂੰ ਉਹਨਾਂ ਨੇ ਕੋਈ ਰਾਹ ਨਹੀਂ ਜੀ ਦਿੱਤਾ। ਕਿਉਂਕਿ ਉਹਨਾਂ ਨੂੰ ਜਦੋਂ ਚੱਕਿਆ ਗਿਆ ਸੀ ਸੁਬਾਹ ਦਾ 6 ਵਜੇ ਦਾ ਟਾਈਮ ਸੀ, ਤਾਂ ਸਾਡੇ ਘਰ ਦੇ ਵਿੱਚ ਪੁਲਿਸ ਨੇ ਇਦਾਂ ਸਾਪਾ ਮਾਰਿਆ ਸੀਗਾ ਵੀ ਜਿਵੇਂ ਉਹਨਾਂ ਦੇ ਹੱਥ ਕੋਈ ਬਹੁਤ ਵੱਡਾ ਅੱਤਵਾਦੀ ਲੱਗਣ ਵਾਲਾ ਸੀ ਜਾਂ ਇਹ ਕੋਈ ਘਰ ਨਹੀਂ ਹੈ, ਇਹ ਅੱਤਵਾਦੀਆਂ ਦਾ ਡੇਰਾ ਹੈ। ਹਾਲਾਂਕਿ ਪੂਰਾ ਪਿੰਡ ਗਵਾਹੀ ਭਰਦਾ ਵੀ ਮੇਰੇ ਪਿਤਾ ਜੀ ਇਸ ਨੇਚਰ ਦੇ ਹੀ ਨਹੀਂ ਸੀ, ਇੱਦਾਂ ਦਾ ਕੋਈ ਸਾਡੇ ਘਰ ਦਾ ਮਾਹੌਲ ਵੀ ਨਹੀਂ ਸੀ ਵੀ ਜੇ ਅਸੀਂ ਕਹੀਏ ਵੀ ਸਾਡੇ ਘਰ ਕੋਈ ਲੋਕ ਆਉਂਦੇ ਸੀ ਜਾਂ ਮੰਨਿਆ ਵੀ ਖਾੜਕੂ ਸਾਡੇ ਘਰ ਆਉਂਦੇ ਸੀ। ਸਾਡਾ ਬੜਾ ਵੱਡਾ ਪਰਿਵਾਰ ਹੈ ਜੀ, ਪਿੰਡ 'ਚ ਅਸੀਂ ਲਾਣੇ ਵਾਲੇ ਵੱਜਦੇ ਹਾਂ, ਮਤਲਬ ਕਿ ਇੰਨੇ ਜ਼ਿਆਦਾ ਚੰਗੇ ਮਾਹੌਲ ਦੇ ਵਿੱਚ ਆਪਾਂ ਮੰਨੀਏ ਵੀ ਕੋਈ ਬੰਦਾ ਇੱਦਾਂ ਚਲਿਆ ਜਾਵੇ ਮਗਰ ਉਹਦੇ ਪਿੰਡਾਂ ਦੇ ਪਿੰਡ ਜਾਣ ਉਹਨਾਂ ਨੂੰ ਛਡਾਉਣ ਵਾਸਤੇ, ਅਤੇ ਪੁਲਿਸ ਵਾਲੇ ਇਹ ਕਹਿ ਕੇ ਮੋੜ ਦੇਣ ਕਿ ਤੁਹਾਡਾ ਤਾਂ ਅਸੀਂ ਬੰਦੇ ਹੀ ਨਹੀਂ ਚੱਕ ਕੇ ਲਏ। ਅਤੇ ਇਦੋਂ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਪੁਲਿਸ ਵਾਲੇ ਸਾਫ਼ ਹੀ ਮੁੱਕਰ ਗਏ, ਕਹਿੰਦੇ ਅਸੀਂ ਲੈ ਕੇ ਹੀ ਨਹੀਂ ਆਏ, ਹੰਡਿਆਇਆ ਸਟਾਫ ਸੀ ਜੀ। ਤੁਹਾਡੇ ਤੁਹਾਨੂੰ ਉਸ ਵੇਲੇ ਤੁਹਾਡਾ ਜਨਮ ਜਿਹੜਾ ਹੈ ਉਹ ਹੋਇਆ ਹੀ ਸੀ, ਤੁਹਾਨੂੰ ਇਹ ਗੱਲਾਂ ਬਾਅਦ ਦੇ ਵਿੱਚ ਪਤਾ ਚੱਲੀਆਂ ਹੋਣੀਆਂ? ਹਾਂਜੀ, ਇਸ ਘਟਨਾ ਤੋਂ ਸਾਡਾ ਬਰਥ ਹੈ ਜਿਹੜਾ ਉਹ 17 ਦਿਨ ਬਾਅਦ 'ਚ ਹੋਇਆ ਸੀ ਜੀ। ਇਹ ਗੱਲਾਂ ਸਿਰਫ ਸੁਣੀਆਂ ਸੁਣਾਈਆਂ ਨੇ ਪੇਰੈਂਟਸ ਤੋਂ, ਮਤਲਬ ਮਦਰ ਤੋਂ ਸੁਣੀਆਂ ਨੇ, ਤਾਇਆਂ ਚਾਚਿਆਂ ਤੋਂ ਸੁਣੀਆਂ ਨੇ, ਉਹਨਾਂ ਨੇ ਸਾਨੂੰ ਇਹ ਗੱਲਾਂ ਦੱਸੀਆਂ ਵੀ ਉਦੋਂ ਗੱਲ ਕੀ ਹੁੰਦੀ ਸੀ। ਕਿਉਂਕਿ ਜਿੱਥੇ ਤੱਕ ਅਸੀਂ ਸੋਚਦੇ ਵਿਚਾਰਦੇ ਹਾਂ ਤਾਂ ਮੰਨ ਲਓ ਬਾਏ ਚਾਂਸ ਵੀ ਜਿਵੇਂ ਜੋੜ ਹੀ ਦਿੱਤਾ ਜਾਂਦਾ ਵੀ ਨਹੀਂ ਜੀ ਕੋਈ ਗੱਲ ਤਾਂ ਹੋਊਗੀ, ਕਿਉਂਕਿ ਸਾਰੇ ਸੁਣਨ ਵਾਲੇ ਵੀ ਇਹ ਲੋਕ ਸੋਚ ਲੈਂਦੇ ਵੀ ਐਂ ਕਿਵੇਂ ਲੈ ਗਏ ਕਿਸੇ ਹੋਰ ਨੂੰ ਨਾ ਲੈ ਗਏ, ਕੋਈ ਗੱਲ ਤਾਂ ਹੋਊਗੀ। ਜੇ ਕੋਈ ਐਸੀ ਗੱਲ ਹੁੰਦੀ ਤਾਂ ਪਿੰਡ ਦੇ ਵਿੱਚ ਪੁਲਿਸ ਡੇਲੀ ਆਉਂਦੀ ਸੀ ਜੀ, ਤਾਂ ਪਿਤਾ ਜੀ ਕਿਸੇ ਪਾਸੇ ਖਿਸਕ ਵੀ ਸਕਦੇ ਸੀ, ਇੱਧਰ ਉੱਧਰ ਵੀ ਹੋ ਸਕਦੇ ਸੀ। ਬਥੇਰੇ ਲੋਕਾਂ ਨੇ ਮਤਲਬ ਕਿ ਇੱਧਰ ਉੱਧਰ ਹੋ ਕੇ ਵੀ ਉਦੋਂ ਜਾਨ ਬਚਾਈ ਹੈ ਆਪਦੀ ਵੀ ਸਾਡਾ ਗਲਤ ਨਾਮ ਨਾ ਆ ਜੇ। ਅਤੇ ਮਾਤਾ ਜੀ ਦੱਸਦੇ ਨੇ ਵੀ ਜਦੋਂ ਦੀ ਇਹ ਘਟਨਾ ਤਾਂ ਉਦੋਂ ਮੇਰੇ ਪਿਤਾ ਜੀ ਸੀਗੇ ਜਿਹੜੇ ਉਹ ਮੇਰੇ ਮੰਮੀ ਨਾਲ ਧਾਰ 'ਚ ਆ ਰਹੇ ਸੀ, ਮਾਤਾ ਜੀ ਮਤਲਬ ਕਿ ਧਾਰ ਕੱਢ ਰਹੇ ਸੀ ਮੱਝ ਦੀ ਅਤੇ ਉਹ ਅੱਗੇ ਦਾਣਾ ਪਾ ਰਹੇ ਸੀ ਜੀ ਮੱਝ ਦੇ, ਤਾਂ ਪੁਲਿਸ ਆਈ ਅਤੇ ਉਹਨਾਂ ਨੇ ਸਿੱਧਾ ਇੱਕ ਛੋਟਾ ਜਿਹਾ ਸਾਡੇ ਗੇਟ ਹੁੰਦਾ ਸੀ ਲੱਕੜੀ ਦਾ ਗੇਟ, ਜਿਵੇਂ ਪੁਰਾਣੇ ਸਮਿਆਂ 'ਚ ਛੋਟੇ ਛੋਟੇ ਗੇਟ ਹੁੰਦੇ ਸੀ, ਵੱਡਾ ਗੇਟ ਫਰੰਟ 'ਤੇ ਸੀ ਹੋਰ ਪਾਸੇ, ਛੋਟੇ ਗੇਟ ਤੋਂ ਦੀ ਉਹ ਆਏ, ਅੱਧੇ ਕੰਧਾਂ ਟੱਪ ਕੇ ਆਏ, ਅੱਧਿਆਂ ਨੇ ਤਖਤੇ 'ਚ ਲੱਤਾਂ ਮਾਰ ਕੇ ਅੰਦਰ ਐਂਟਰੀ ਕਰੀ। ਤਾਂ ਉਹਨਾਂ ਨੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਓ ਜੀ, ਤਾਂ ਕੋਈ ਉਹਨਾਂ ਦੇ ਚਿਹਰੇ 'ਤੇ ਕੋਈ ਖੌਫ ਦੀ ਨਿਸ਼ਾਨੀ ਨਹੀਂ ਸੀ, ਇਹ ਵੀ ਸੀਗਾ ਵੀ ਉਹ ਪੁਲਿਸ ਨੂੰ ਦੇਖ ਕੇ ਭੱਜ ਵੀ ਸਕਦੇ ਸੀ, ਚਲੋ ਚਾਹੇ ਫੜੇ ਜਾਂਦੇ ਜੇ ਗਲਤ ਹੁੰਦੇ ਕੋਈ ਤਾਂ ਟਰਾਈ ਕਰਦੇ ਆਪਣੇ ਆਪ ਨੂੰ ਬਚਾਉਣ ਦੀ, ਪਰ ਪੁਲਿਸ ਵਾਲੇ ਕਹਿੰਦੇ ਵੀ ਹਾਂਜੀ ਵੀ ਧੰਨਾ ਸਿੰਘ ਤੂੰ ਹੈ, ਤਾਂ ਉਹਨਾਂ ਨੇ ਕਿਹਾ ਹਾਂਜੀ ਦੱਸੋ ਜੀ ਮੈਂ ਹੀ ਹਾਂ, ਤਾਂ ਬਸ ਫਿਰ ਉਹਨਾਂ ਨੂੰ ਘੜੀਸ ਕੇ ਧੂ ਕੇ ਲੈ ਗਏ, ਕਹਿੰਦੇ ਬਸ ਫਿਰ ਤੂੰ ਹੀ ਚਾਹੀਦਾ। ਜੂਨ 84 ਤੋਂ ਲੈ ਕੇ ਤਕਰੀਬਨ 1995 ਤੱਕ ਜਿਹੜਾ ਇਹ ਇੱਕ ਦਹਾਕਾ ਸੀ, ਇਹ ਸਿੱਖ ਕੌਮ ਦੇ ਲਈ ਬਹੁਤ ਜਿਹਨੂੰ ਅਸੀਂ ਖੌਫਨਾਕ ਕਹਿ ਸਕਦੇ ਹਾਂ ਉਸ ਤਰ੍ਹਾਂ ਦਾ ਮਾਹੌਲ ਰਿਹਾ। ਜਿਸ ਵੇਲੇ ਤੁਹਾਡੇ ਪਿਓ ਨੂੰ ਪੁਲਿਸ ਘਰ ਤੋਂ ਲੈ ਕੇ ਗਈ, ਤੁਹਾਡੀ ਮਾਤਾ ਜੀ ਨਾਲ ਤੁਹਾਡੀ ਗੱਲ ਹੁੰਦੀ ਹੋਣੀ ਤੁਹਾਡੇ ਮਦਰ ਨਾਲ, ਉਹਨਾਂ ਨੇ ਕਦੇ ਦੱਸਿਆ ਕਿ ਕੋਈ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਸੀ ਜਾਂ ਕੀ ਕਾਰਨ ਸੀ, ਉਹਨਾਂ ਨੂੰ ਕੀ ਲੱਗਿਆ ਕਿ ਉਹਨਾਂ ਨੂੰ ਕਿਉਂ ਲੈ ਗਏ? ਉਹਦਾ ਕਾਰਨ ਇਹ ਸੀ ਜੀ, ਜੇ ਆਪਾਂ ਇਮਾਨਦਾਰੀ ਨਾਲ ਦੱਸੀਏ ਤਾਂ ਮੇਰੇ ਪਿਤਾ ਜੀ ਉਸ ਸਮੇਂ ਦੇ 8 ਕੁ ਪੜ੍ਹੇ ਹੋਏ ਸੀਗੇ, ਜਿਵੇਂ ਸਾਥੇ 'ਚ ਬੈਠਦੇ, ਉਹਨਾਂ ਦਾ ਕੀ ਸੀ ਜੋ ਵੀ ਅਖਬਾਰ 'ਚ ਖਬਰਾਂ ਛਪਦੀਆਂ ਤਾਂ ਉਹ ਬਸ ਅਖਬਾਰ ਪੜ੍ਹਦੇ ਹੁੰਦੇ ਸੀ ਵੀ ਅੱਜ ਇਹ ਚੀਜ਼ ਹੋ ਗਈ, ਅੱਜ ਦੇ ਅਖਬਾਰ 'ਚ ਇਹ ਚੀਜ਼ ਆਈ ਹੈ, ਅੱਜ ਇਹ ਘਟਨਾਵਾਂ ਹੋਈਆਂ, ਇੰਨੀ ਜਗ੍ਹਾ ਖਾੜਕੂ ਮਾਰਤੇ, ਇੰਨੀ ਜਗ੍ਹਾ ਪੁਲਿਸ ਨੇ ਫੜ ਲਏ, ਬਸ ਇਹ ਚੀਜ਼ ਸੀ, ਸਿਰਫ ਉਹ ਇੱਕ ਪੜ੍ਹਦੇ ਸੀ। ਹੁਣ ਮੈਨੂੰ ਨਹੀਂ ਲੱਗਦਾ ਵੀ ਅਖਬਾਰ ਪੜ੍ਹਨਾ ਕੋਈ ਗਲਤ ਗੱਲ ਹੈ, ਜਾਂ ਜੇ 4 ਬੰਦੇ ਜਾਂ 8 ਬੰਦੇ ਸੱਥ 'ਚ ਬੈਠੇ ਨੇ ਉਹ ਨਹੀਂ ਪੜ੍ਹੇ ਹੋਏ, ਜੇ ਆਪਾਂ ਪੜ੍ਹ ਕੇ ਉਹਨਾਂ ਨੂੰ ਦੱਸਦੇ ਹਾਂ ਵੀ ਅੱਜ ਦੇ ਅਖਬਾਰ ਦੀ ਖਬਰ ਇਹ ਆ, ਤਾਂ ਉਹਦੇ ਵਿੱਚ ਕੁਛ ਗਲਤ ਨਹੀਂ ਹੁੰਦਾ। ਸਿਰਫ ਇੰਨੀ ਗੱਲ ਸੀ ਜੀ। ਅਤੇ ਬਚਪਨ ਤੁਹਾਡਾ ਕਿਵੇਂ ਬੀਤਿਆ? ਬਚਪਨ ਤਾਂ ਜੀ ਬਸ ਤੁਹਾਨੂੰ ਪਤਾ ਹੀ ਹੈ ਵੀ ਪਿਤਾ ਨਾ ਹੋਵੇ ਜਾਂ ਭਰਾ ਵੀ ਨਾ ਹੋਵੇ ਤਾਂ ਬਚਪਨ ਕਿੱਦਾਂ ਦਾ ਗੁਜ਼ਰਦਾ,
मतलब जो भी, पर इन्ना भी रब ने मेरे माता जी नूं इन्ना ज़्यादा अंदरों स्ट्रोंग करता कि उन्होंने सानू कदे पिता की कमी महसूस ही नहीं होन दित्ती। बाकी असी एक इदा दे मतलब कि दुखी लोग होंगे साढ़े वर्गे भी, जे तो किसी की डैथ हो जाए तो आप ये सोच के सब्र कर लें भी जी चलो डैथ होगी, सारी दुनिया ने होंगी है, जितों जन्म लैके आए हैं परमात्मा के घरों उत्थे आप लीन हो गए, जाके साडा मैंबर उत्थे चलिया गया। पर साडा दुखान थोड़ा जिहा एक इस तरह का भी सानू अज तक पता ही नहीं भी वह जिंदा ने जां वह हैगे भी जां वह नहीं भी हैगे, उन्हां नाल होया की जां उन्हां नाल की घटना वापरी। बस एक यही सवाल है जिहड़ा सालां तो तंग करदा रहा, उस सवाल नू मतलब नाल लैके ही वड्डे होए हैं हुण तक।